ਗੁੱਡ ਮਾਰਨਿੰਗ ਫੋਕਸ, ਕਿੱਦਾਂ ਸਾਰੇ? ਅਤੇ ਅੱਜ ਫਿਰ ਆਪਾਂ ਡੇਅਰੀ ਫਾਰਮ ਦੇ ਬਲੌਗ ਲੈ ਕੇ ਆਏ ਤੁਹਾਡੇ ਲਈ, ਜਿੱਦਾਂ ਆਪਾਂ ਕੱਲ੍ਹ ਲਾਸਟ ਬਲੌਗ ਸੀ ਆਪਣਾ ਸਾਇਲੈਂਸ 'ਤੇ, ਅਤੇ ਅੱਜ ਡੇਅਰੀ ਫਾਰਮ 'ਤੇ ਵੀ ਕਿੱਦਾਂ ਆਪਾਂ ਪਸ਼ੂ ਰੱਖ ਸਕਦੇ ਹਾਂ, ਮੱਝਾਂ, ਗਾਵਾਂ, ਛੋਟਾ ਫਾਰਮ, ਵੱਡਾ ਫਾਰਮ, ਆਪਾਂ ਕਿੱਦਾਂ ਜੋਬ ਤੋਂ ਬਿਨਾਂ ਛੋਟਾ ਜ਼ਿੰਮੇਦਾਰ ਕਿੱਦਾਂ ਕਾਮਯਾਬ ਹੋ ਸਕਦਾ, ਉਸ ਰਿਗਾਰਡਿੰਗ ਆਪਾਂ ਆਪਣੇ ਹਰਗੁਰਪ੍ਰੀਤ ਸਿੰਘ ਜੀ ਨਾਲ ਆਏ ਨੇ, ਅਤੇ ਇਹਨਾਂ ਦਾ ਡੇਅਰੀ ਫਾਰਮ ਹੈ, ਇਹਨਾਂ ਕੋਲ 10-12 ਗਾਈਆਂ ਹੈਗੀਆਂ ਨੇ, ਅਤੇ ਤੁਹਾਨੂੰ ਇਸ ਦਿਖਾਵਾਂਗੇ ਕਿੱਦਾਂ ਇੰਜ ਕਰਦੇ ਨੇ। ਹਾਂਜੀ, ਦੱਸੋ ਤੁਹਾਡੇ ਬਾਰੇ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਕੋਲ ਅੱਜ 10 ਗਾਈਆਂ ਦਾ ਜਿਹੜਾ ਛੋਟਾ ਡੇਅਰੀ ਫਾਰਮ ਆਪਣੇ ਘਰ ਬਣਾਇਆ ਹੋਇਆ ਹੈਗਾ। ਓਕੇ। ਅਤੇ ਆਪਾਂ ਨੂੰ ਹੋ ਗਏ 11 ਸਾਲ ਡੇਅਰੀ ਫਾਰਮ ਕਰਦੇ ਹਾਂ। 11 ਸਾਲ ਹੋ ਗਏ ਜੀ ਆਪਾਂ। ਓਕੇ। ਅਤੇ ਹੁਣ 10 ਗਾਈਆਂ ਨੇ ਤੁਹਾਡੇ ਕੋਲ? ਹਾਂਜੀ। ਦੁੱਧ ਵਾਲੀਆਂ ਕਿੰਨੀਆਂ ਨੇ ਵਿੱਚ? ਸਾਰੀਆਂ ਦੁੱਧ ਵਾਲੀਆਂ। ਸਾਰੀਆਂ ਦੁੱਧ ਵਾਲੀਆਂ? ਸਾਰੀਆਂ ਦੁੱਧ ਵਾਲੀਆਂ। ਓਕੇ। ਬਾਕੀ ਹੀਫਰ ਵੱਛੀਆਂ ਹੈਗੀਆਂ। ਅਤੇ ਕਿਹੜੀ ਕੋਈ ਸਾਰੀ HF ਨਸਲੀ ਹੈ ਕਿਹੜੀ ਹੈ? HF ਵੀ ਹੈ ਕ੍ਰੋਸ। ਅਤੇ ਇਹਦੀ ਫੀਡ ਵਗੈਰਾ ਤੁਸੀਂ ਕਿੱਥੋਂ ਬਣਾਉਂਦੇ ਹੋ ਤੁਸੀਂ? ਫੀਡ ਆਪਣੇ ਇੱਥੇ ਨੇੜੇ ਭਗਤਾ ਭਾਈਕਾ। ਅੱਛਾ। ਹਾਂ, ਉੱਥੋਂ ਆਪਾਂ ਆਪਦੀ ਫੀਡ ਤਿਆਰ ਕਰਵਾਉਣੀ ਹੈ। ਸਾਰੀ ਉੱਥੇ ਤਿਆਰ ਕਰਾਉਣੇ ਕਿ ਆਪਦੀ ਜੋ ਬਣੀਆਂ ਹੁੰਦੀਆਂ ਪਹਿਲਾਂ, ਜਿੱਦਾਂ ਹੋਰ ਕੰਪਨੀਆਂ ਵਗੈਰਾ? ਪ੍ਰਾਈਵੇਟ ਕੰਪਨੀ ਨਹੀਂ ਅਸੀਂ ਪਾਉਂਦੇ, ਸਾਨੂੰ ਅਸੀਂ ਹੋ ਗਏ 10-11 ਸਾਲ, ਅਸੀਂ ਆਪਦੀ ਫੀਡ ਬਣਾ ਕੇ ਪਾਉਂਦੇ, ਆਪਦੀ ਫੀਡ ਵਗੈਰਾ ਪਾਉਂਦੇ ਨੇ ਸਾਰੀ ਇਹ। ਅਤੇ ਮੈਕਸੀਮਮ ਕਿੰਨੇ ਆਪਣੇ ਕੋਲ ਦੁੱਧ ਵਾਲੀ ਲੀਟਰ ਵਾਲੀ ਗਾਂ ਹੈਗੀ ਹੈਗੀ? ਮੈਕਸੀਮਮ 31-32 ਲੀਟਰ। 31-32 ਲੀਟਰ ਦੀ ਹੈ। ਕਿੰਨੇ ਹਜ਼ਾਰ ਦੀ ਗਾਂ ਹੋ ਜਾਏ ਆਪਾਂ 31-32 ਲੀਟਰ ਲੈਣੀ ਹੋਵੇ, ਕਿੰਨੇ ਦੀ ਮਿਲੂ ਆਪਾਂ ਨੂੰ? ਜੇ ਆਪਾਂ ਬਾਜ਼ਾਰ 'ਚੋਂ ਲੈਣੀ ਹੋਵੇ 1.5 ਲੱਖ ਦੀ ਮਿਲੂ ਘੱਟੋ ਘੱਟ। 1.5 ਲੱਖ ਰੁਪਏ? ਹਾਂ। ਅਤੇ ਆਪਾਂ ਵੈਸੇ ਘਰ ਹੀ ਤਿਆਰ ਕਰ ਰਹੇ ਹਾਂਗੇ, ਆਪਾਂ ਬਾਜ਼ਾਰ 'ਚੋਂ ਨਹੀਂ ਖਰੀਦ ਰਹੇ। ਅੱਛਾ। ਜਿਹੜੀਆਂ ਇਹਨਾਂ ਦੀਆਂ ਬੱਚੀਆਂ ਹੁੰਦੀਆਂ ਨੇ? ਹਾਂ, ਮਤਲਬ ਅੱਗੇ ਤਿਆਰ ਕਰ ਰਹੇ ਹਾਂ। ਹਾਂ, ਬੱਚੀਆਂ ਤਿਆਰ ਹੋਈ, ਬੱਚਿਆਂ ਦਾ ਸੈਪਰੇਟ ਬਣਾਇਆ ਹੋਇਆ ਤੁਸੀਂ? ਬੱਚੀਆਂ ਅੱਡਾਂ ਨੇ, ਬੱਚੀਆਂ ਅੱਡ ਇਹਨਾਂ ਨੇ ਬਣਾਇਆ ਹੋਇਆ। ਉਹ ਹੀਫਰ ਹੈਗੀ ਹੈ, 18 ਮਹੀਨੇ ਦੀ ਹੀਫਰ ਹੈਗੀ ਹੈ। ਓਕੇ ਓਕੇ, ਠੀਕ ਹੈ ਜੀ। ਆ ਇਹਨਾਂ ਦਾ ਸਾਰੇ ਖੋਲੀਆਂ ਵਗੈਰਾ ਇੱਥੇ, ਜਾਂ ਮੈਟ ਇਹਨਾਂ ਦੇ ਕੀ ਫਾਇਦੇ ਇਹਨਾਂ ਦੇ ਮੈਟਾਂ ਦੇ ਜੋ ਤੁਸੀਂ? ਮੈਟ ਇੱਕ ਤਾਂ ਇਹਨਾਂ ਦੇ ਲੈਗ ਨਹੀਂ ਖਰਾਬ ਹੁੰਦੀਆਂ, ਗੋਡੇ ਇਹਨਾਂ ਦੇ ਰੇਸ਼ਾ ਭਰ ਜਾਂਦਾ ਨਹੀਂ। ਓਕੇ। ਫਸਟ ਤੇ ਰਹਿਣਗੀਆਂ ਇਹਨਾਂ ਦੇ ਪੈਰ ਰਹਿਣਗੇ। ਹੋਰ ਡੇਅਰੀ ਫਾਰਮਿੰਗ ਦੇ ਬਹੁਤ ਵਧੀਆ ਫਾਇਦੇ ਆ, ਤੁਸੀਂ ਘਰੇਲੂ ਕੰਮ ਕਰ ਸਕਦੇ ਹੋ, ਅਤੇ ਇੱਕ ਮੰਨ ਕੇ ਚੱਲੋ ਵੀ ਜੇ ਪ੍ਰਾਈਵੇਟ ਜੋਬ ਨਾਲੋਂ ਵਧੀਆ ਕੰਮ ਆ ਗਏ। ਅੱਛਾ ਅੱਛਾ। ਮਤਲਬ ਤੁਸੀਂ ਟਾਈਮਿੰਗ ਕੀ ਹੈ ਕੰਮ? ਸਵੇਰ ਸ਼ਾਮ? ਟਾਈਮਿੰਗ ਇਹਦੀ ਸਵੇਰ 4:30 ਤੋਂ ਲੈ ਕੇ 7:30 ਵਜੇ ਤਾਈਂ ਆ। ਤੁਸੀਂ ਸਾਰਾ ਆਪਣਾ ਚੋਬ ਗਿਆ ਕੇ ਪੱਠਾ ਵਗੈਰਾ ਸਾਰਾ ਛਪਾ ਦਿੰਦੇ ਹੋ? ਵਿਹਲੇ ਹੋ ਕੇ ਪਾਣੀ ਤਾਂ ਨਹੀਂ ਪਿਆ ਕੇ, ਅਤੇ ਬਸ ਇਹ ਵਿਹਲ ਸ਼ਾਮ ਤਾਈਂ, ਹੁਣ 4:30 ਵਜੇ ਤਾਈਂ ਤੁਹਾਨੂੂੰ ਕੋਈ ਕੰਮ? ਕੋਈ ਕੰਮ ਨਹੀਂ, ਬਸ ਇਹਨਾਂ ਨੂੰ ਪਾਣੀ ਵਗੈਰਾ ਆਪੇ ਪੀ ਲੈਣਗੇ ਜਾਂ ਖੜੀਆਂ ਬਸ। ਅਤੇ ਸ਼ਾਮ ਨੂੰ ਫਿਰ 4:30 ਤੋਂ ਫਿਰ ਤੁਸੀਂ? 4:30 ਤੋਂ 6:30 6:30 ਦੋ ਘੰਟੇ ਤੁਹਾਨੂੰ ਕੰਮ ਹੁੰਦਾ ਆਪਣਾ ਜੋ ਤੁਸੀਂ ਕੀ? 2.5 ਘੰਟੇ ਸਵੇਰ, 2.5 ਘੰਟੇ ਸ਼ਾਮ। ਅੱਛਾ, ਮਤਲਬ ਜੋ ਇਹਨੇ ਪੱਠੇ ਵਗੈਰਾ ਪਾਉਣੇ, ਧਾਰਾਂ ਕੱਢਣੀਆਂ, ਅਤੇ ਮਸ਼ੀਨ ਨਾਲ ਧਾਰਾਂ ਕੱਢਦੇ ਹੋ ਕਿ ਹੱਥ ਨਾਲ ਕੱਢਦੇ? ਹੱਥੀ ਚਵਾਈ ਕਰਦੇ? ਸਾਰੀ ਹੱਥੀ ਚਵਾਈ ਕੀਤੀ ਜਾਂਦੀ ਹੈ। ਅਤੇ ਜੇ ਆਪਣੇ ਕੋਲ ਮੈਕਸੀਮਮ ਹੋਵੇ ਦੁੱਧ ਗਾਂ ਦਾ, ਅਤੇ ਜ਼ਿਆਦਾ ਗਾਈ ਹੁੰਦਾ, ਆਪਾਂ ਮਸ਼ੀਨ ਨਾਲ ਵੀ ਕੱਢ ਸਕਦੇ ਹਾਂ ਧਾਰਾਂ? ਹਾਂ, ਫਿਰ ਮਸ਼ੀਨ ਲੈ ਲਓ। ਅੱਛਾ ਅੱਛਾ। ਤੁਸੀਂ ਇਹ ਜੇ ਬਿਮਾਰ ਹੋ ਜਾਂਦੀ ਹੈ ਜਾਂ ਕੋਈ ਡਾਕਟਰੀ ਸਹਾਇਤਾ ਚਾਹੀਦੀ ਹੁੰਦੀ, ਤੁਸੀਂ ਆਪਦੇ ਆਪ ਹੀ ਕਰਦੇ ਹੋ ਕਿ ਸਾਰਾ ਤੁਹਾਨੂੰ ਕੋਈ ਡਾਕਟਰ ਬਣਾਉਣਾ ਪੈਂਦਾ? ਬਾਹਰ ਮਾੜਾ ਮੋਟਾ ਤਾਂ ਆਪ ਹੀ ਕਰ ਲੈਂਦੇ ਹਾਂ, ਜੇ ਕੋਈ ਕੇਸ ਮੰਨ ਕੇ ਚੱਲੋ ਵੀ ਜ਼ਿਆਦਾ ਸੀਰੀਅਸ ਹੋਵੇ ਫਿਰ ਡਾਕਟਰ ਸੱਦ ਲੈਂਦੇ। ਅੱਛਾ ਅੱਛਾ ਅੱਛਾ, ਠੀਕ ਹੈ। ਇਹਦੇ ਵਾਂਗੂ ਜਿਵੇਂ ਆਪਣੇ ਫੈਮਿਲੀ ਡਾਕਟਰ ਹੁੰਦੇ ਆ, ਇਹ ਡੇਅਰੀ ਫਾਰਮ ਦੇ ਵੀ ਫੈਮਿਲੀ ਡਾਕਟਰ ਹੀ ਬਣ ਜਾਂਦੇ ਹੈਗੇ। ਅੱਛਾ। ਡੇਲੀ ਸਵੇਰ ਸ਼ਾਮ ਗੇੜਾ ਮਾਰਦੇ ਰਹਿੰਦੇ ਆਪਣੇ ਕੋਲ। ਓਕੇ ਓਕੇ। ਜਾਂ ਤੁਹਾਨੂੰ ਫੋਨ ਕਰਦੇ ਰਹਿੰਦੇ ਵੀ ਕੋਈ ਹੈਲਪ ਜਾਂ ਕੋਈ ਚਾਹੀਦੀ ਹੋਵੇ ਜਾਂ ਕੋਈ ਨਵੀਂ ਬਰੀਡ ਆਈ ਹੁੰਦੀ ਕੁਛ ਵੀ ਵਗੈਰਾ? ਸਵੇਰ ਸ਼ਾਮ ਆਉਂਦੇ, ਇੱਕ ਸਵੇਰ ਗੇੜਾ ਮਾਰ ਕੇ ਜਾਣਾ ਡਾਕਟਰ ਨੇ। ਓਕੇ ਓਕੇ। ਅਤੇ ਤੁਹਾਡੇ ਕੋਲ ਕਿੰਨੇ ਮਹੀਨੇ ਬੱਚੀ ਤਿਆਰ ਹੋ ਜਾਂਦੀ ਹੈ ਇਹ? ਆਪਣੇ ਕੋਲ 14-15 ਮਹੀਨੇ ਦੀ ਬੱਚੀ ਤਿਆਰ ਹੋ ਜਾਂਦੀ ਹੈ। ਅੱਛਾ ਅੱਛਾ। ਅਤੇ ਸਭ ਤੋਂ ਵੱਧ ਜੋ ਗਾਵਾਂ ਤੁਸੀਂ ਰੱਖਿਆ ਹੋਇਆ ਇਹਦੇ ਵਿੱਚ ਕੀ ਤੁਹਾਨੂੰ ਲੱਗਦਾ ਸਭ ਤੋਂ ਬਿਮਾਰੀ ਆਉਂਦੀ ਇਹਨਾਂ ਨੂੰ, ਜਾਂ ਤੁਹਾਨੂੰ ਲੱਗਦਾ ਵੀ ਇਹ ਦਿੱਕਤ ਬਾਹਲੀ ਜ਼ਿਆਦਾ ਆਉਂਦੀ ਹੈ? ਸਟੈਟਸ ਦੀ ਸਭ ਤੋਂ ਜ਼ਿਆਦਾ ਹੀ ਆਉਂਦੀ ਹੈ, ਥਣ ਖਰਾਬ ਹੋ ਜਾਂਦੀ। ਥਣ ਖਰਾਬ ਹੋ ਜਾਂਦੇ, ਥਣ ਖੜ ਜਾਂਦਾ? ਹਾਂ, ਬਸ ਸਭ ਤੋਂ ਜ਼ਿਆਦਾ ਉਹੀ ਪ੍ਰੋਬਲਮ ਆ, ਹੋਰ ਕੋਈ ਪ੍ਰੋਬਲਮ ਨਹੀਂ। ਉਹ ਵੀ ਜੇ ਜ਼ਿਆਦਾ ਦੁੱਧ ਗਾਂ ਤਾਂ ਕਰਕੇ ਆ ਵੀ ਉਹ ਦੁੱਧ ਵੱਧ ਹੁੰਦਾ ਆ, ਤਾਂ ਉਹਦੇ ਕਰਕੇ ਹੁੰਦੀ ਹੋਊਗੀ? ਉਹ ਮੇਨ ਤਾਂ ਸਫਾਈ ਦਾ ਹੀ ਹੁੰਦਾ ਥੱਲੇ। ਅੱਛਾ ਅੱਛਾ, ਠੀਕ ਹੈ। ਅਤੇ ਉਹਦੇ ਨਾਲ ਫਿਰ ਜੇ ਥਣ ਮਰ ਜਾਂਦਾ ਤਾਂ ਫਿਰ ਉਹਦੀ ਕੀਮਤ ਵੀ ਘੱਟ ਰਹਿ ਜਾਂਦੀ ਹੋਊਗੀ? ਕੀਮਤ ਮੰਨ ਕੇ ਚਲੋ ਵੀ ਖਤਮ ਹੋ ਜਾਂਦੀ ਗਾਂ, ਖਤਮ ਹੋ ਜਾਂਦੀ ਗਾਂ। ਉਹਦਾ ਮਤਲਬ ਤੁਸੀਂ ਚੋ ਸਕਦੇ ਹੋ, ਪਰ ਅੱਗੇ ਜੇ ਵੇਚਣੀ ਹੋਵੇ ਤਾਂ ਉਹਨੀ ਪ੍ਰਾਈਸ 'ਤੇ ਵਿਕਦੀ ਨਹੀਂ ਉਹ। ਠੀਕ ਹੈ।
ਆਪਣਾ ਇਹ ਜੋ ਡੇਅਰੀ ਫਾਰਮ ਕੀਤਾ ਸੀਗਾ? ਅਸੀਂ 2013 'ਚ ਕਰਿਆ ਸੀਗਾ ਸ਼ੁਰੂ, ਇੱਕ ਪਸ਼ੂ ਲਿਆ ਸੀ ਉਦੋਂ, ਅਸੀਂ ਇੱਕ ਪਸ਼ੂ ਸ਼ੁਰੂ ਕੀਤਾ ਸੀਗਾ, ਲਏ ਤਾਂ ਕਾਫੀ ਸੀਗੇ, ਉਹ ਸਾਡੇ ਪਸੰਦ ਨਹੀਂ ਆਏ, ਅਸੀਂ ਵੇਚੀ ਗਏ ਨਾਲ ਦੀ ਨਾਲ, ਇੱਕ ਗਾਂ ਰੱਖੀ ਆ ਹੁਣ ਤਾਈ ਉਹ ਚੱਲੀ ਆਉਂਦੀ। ਅੱਛਾ ਉਹ ਚੱਲੀ ਆਉਂਦੀ, ਯਾਨੀ ਕਿ ਉਹਦੀਆਂ ਜੋ ਬੱਚੀਆਂ ਜਾਂ ਉਹ ਬੱਚੀਆਂ ਦਿੰਦੀ ਹੈ, ਬੱਚੀਆਂ ਦਿੰਦੀ ਹੈ, ਠੀਕ ਹੈ। ਤੇ ਹੁਣ ਤੁਸੀਂ ਇਹ ਵਧਾ ਵੀ ਸਕਦੇ ਹੋ, ਬਟ ਥੋੜਾ ਥੋੜਾ ਥਾਂ ਜਗ੍ਹਾ ਦੀ ਥੋੜੀ ਪ੍ਰੋਬਲਮ ਹੈਗੀ, ਤਾਂ ਕਰਕੇ ਅਸੀਂ ਘੱਟ ਰੱਖੇ ਪਸ਼ੂ। ਅੱਛਾ, ਜੇ ਖੇਤ ਬੰਨੇ ਹੋਏ ਤਾਂ ਉੱਥੇ ਤੱਕ ਬੜਾ ਡੇਅਰੀ ਫਾਰਮ ਵੀ ਕਰ ਸਕਦੇ ਹੋ, ਕਿਉਂਕਿ ਤੁਹਾਨੂੰ ਐਕਸਪੀਰੀਅੰਸ ਆ ਗਿਆ ਸਾਰਾ ਹੁਣ ਕਰਨ ਦਾ ਕੰਮ ਕਰਦਾ। ਤੇ ਤੁਸੀਂ ਸਾਰਾ ਘਰ ਦੇ ਕੰਮ ਬੰਦੇ ਕਰਦੇ ਨੇ, ਕੋਈ ਬੰਦਾ ਰੱਖਿਆ ਹੋਇਆ ਕਰਦਾ? ਇੱਕ ਲੇਬਰ ਵਾਲਾ ਬੰਦਾ ਰੱਖਿਆ ਹੋਇਆ, ਇੱਕ ਰੱਖਿਆ ਜੋ ਤੁਹਾਡਾ ਕੀ ਹੈਲਪ ਕਰਦਾ ਤੁਹਾਨੂੰ? ਉਹ ਵੀ ਹੈਲ, ਬਸ ਧਾਰਾਂ ਕੱਢਣੀਆਂ ਹੋਗੀਆਂ ਮੇਨ। ਅੱਛਾ, ਧਾਰਾਂ ਵਗੈਰਾ ਕੱਢਣੀਆਂ? ਹਾਂ, ਕਿ ਜਾਂ ਗੋਹਾ ਕੂੜਾ ਕਰ ਜਾਂਦਾ ਉਹ ਬਸ ਉਹ? ਹਾਂ, ਧਾਰਾਂ ਕੱਢਣੀਆਂ ਮੇਨ, ਗੋਹਾ ਕੂੜਾ ਤਾਂ ਆਪ ਹੀ ਇੱਥੇ ਕੋਲੇ ਰੇਹੜੀ 'ਚ ਸਿੱਟਣਾ ਗਾ। ਅੱਛਾ, ਘਰ ਦੇ ਘਰੇਲੂ ਬੰਦੇ ਆਪਾਂ ਸਾਰਾ ਪਰਿਵਾਰ ਰਲ ਕੇ ਚੱਲਦਾ। ਚਲੋ ਵਧੀਆ ਫਿਰ ਤਾਂ, ਕਿਉਂ ਡੇਅਰੀ ਫਾਰਮ ਦਾ ਜਿੰਨੇ ਤੁਸੀਂ ਬੱਚਤ ਕਰ ਸਕਦੇ ਹੋ, ਆਪ ਕੰਮ ਕਰ ਸਕਦੇ, ਤਾਂ ਹੀ ਫਾਇਦਾ। ਹਾਂ, ਉਹੀ, ਜੇ ਤੁਸੀਂ 3-4 ਬੰਦੇ ਰੱਖ ਲਏ ਫਿਰ ਤੁਹਾਨੂੰ ਫਿਰ ਕੋਈ ਬਚਤ ਨਹੀਂ, ਉਹਦੀ ਬੱਚਤ ਨਹੀਂ। ਅਤੇ ਦੁੱਧ ਸਾਰਾ ਆਪਣਾ ਘਰ ਹੀ ਹੁੰਦਾ, ਇਹ ਘਰੀ ਡੈਰੀ ਹੈਗੀ? ਦੁੱਧ ਆਪਣੇ ਘਰੇ ਡੈਰੀ ਵੀ ਹੈ, ਬਾਕੀ ਆਪਾਂ ਨੈਸਲੇ ਨੂੰ ਪਾ ਦਿੰਦੇ, ਨੈਸਲੇ ਪਾ ਦਿੰਦੇ ਹਾਂ। ਅਤੇ ਅੱਛਾ, ਆਪਾਂ ਜੋ ਖੋਆ ਵਗੈਰਾ ਵੀ ਬਣਾਉਂਦੇ ਹਾਂ ਜੀ ਨਾਲ? ਹਾਂ, ਖੋਆ ਬਣਾਉਂਦੇ ਹਾਂ ਆਪਾਂ, ਖੋਏ ਦੀ ਬਰਫੀ ਹੋ ਗਈ, ਕੱਚਾ ਖੋਆ ਹੋ ਗਿਆ, ਜਮਾਂ ਪਿਓਰ ਮਿਲਦਾ ਆਪਣੇ ਕੋਲ ਸਾਰਾ ਕੁਝ। ਆਹ, ਉਹਦੇ ਘਰ ਦੇ ਦੁੱਧ। ਅਤੇ ਤੁਸੀਂ ਇੱਥੇ ਘਰੇ ਹੀ ਸੈਲ ਕਰਦੇ ਹੋ, ਕਿਤੇ ਦੁਕਾਨ ਵਗੈਰਾ ਨਹੀਂ ਹੈਗੀ? ਨਹੀਂ ਨਹੀਂ ਘਰੇ ਆਰਡਰ ਵਧੀਆ ਆਈ ਜਾਂਦੇ, ਘਰੇ ਆਰਡਰ ਵਧੀਆ, ਵੱਡੇ ਆਰਡਰ, ਵਿਆਹ ਦੇ ਆਰਡਰ ਆਈ ਜਾਂਦੇ ਆਪਣੇ ਕੋਲ। ਓਕੇ, ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਖੋਆ ਵਗੈਰਾ ਚਾਹੀਦਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ, ਮੈਸੇਜ ਕਰਕੇ ਆਪਾਂ ਤੁਹਾਨੂੰ ਸ਼ੁੱਧ ਦੇਸੀ ਖੋਆ ਜਾਂ ਪਿਓਰ ਖੋਆ ਤੁਹਾਨੂੰ ਮਿਲ ਜਾਵੇ। ਪਹਿਲੇ ਸੂਏ ਕਿੰਨੇ ਦੁੱਧ ਹੁੰਦਾ ਗਾਂ ਜੋ ਤੁਸੀਂ ਆਪ ਤਿਆਰ ਕਰਦੇ ਹੋ? ਪਹਿਲੇ ਸੂਏ 26-27 ਲੀਟਰ, 26-27 ਲੀਟਰ ਵਧੀਆ ਦੇ ਦਿੰਦੀ ਗਾ। ਓਕੇ, ਤੇ ਤੁਹਾਨੂੰ ਇਹ ਵਧੀਆ ਲੱਗਦੀ ਆ ਤਿਆਰ ਕਰਨੀ ਜੇ ਤੁਸੀਂ ਇੱਕ ਮੁੱਲ ਗਾਂ ਲੈ ਕੇ ਆਓਗੇ? ਤੁਹਾਨੂੰ ਤਿਆਰ ਕਰਨੀ ਹੈ, ਮੁੱਲ ਨਹੀਂ ਲੈਂਦੇ, ਮੁੱਲ ਮਹਿੰਗੀ ਪੈਂਦੀ ਜਾਂ ਕਿੱਦਾਂ? ਉਹ ਗੱਲ ਹੀ ਨਹੀਂ ਬਣਦੀ ਕਿੱਥੇ ਪਸ਼ੂ ਆਪ ਤਿਆਰ ਕਰਨਾ। ਜੇ ਤੁਸੀਂ ਮੁੱਲ ਗਾਂ ਲੈਂਦੇ ਹੋ, ਤੁਹਾਨੂੰ ਥੋੜ੍ਹਾ ਬਹੁਤਾ ਘਪਲਾ ਵੀ ਲੱਗਦਾ ਹੋਵੇ ਜੇ ਤੁਹਾਨੂੰ ਸੂਏ ਵਗੈਰਾ ਘੱਟ ਦੱਸਦੇ ਹੋਣਗੇ ਉਹ? ਅੱਛਾ ਅੱਛਾ, ਕਿਉਂਕਿ ਜੋ ਗਾਂ ਲੈਂਦੇ ਨੇ ਉਹਦੇ ਵਿੱਚ ਸੂਏ ਘੱਟ ਦੱਸੇ ਜਾਂਦੇ ਨੇ, ਜੇ ਗਾਂ 'ਚ ਉੱਥੇ ਸੂਏ ਕਹਿਣ ਤੁਹਾਨੂੰ ਕਿਹਾ ਜਾਂਦਾ ਦੂਜੇ ਸੂਏ ਗਾਂ ਆ, ਉਹਦੇ ਵਿੱਚ ਪੈਸਿਆਂ ਦਾ ਅਤੇ ਗਾਂ ਦਾ ਉਲਟ ਫਿਰ ਬਹੁਤ ਜ਼ਿਆਦਾ ਹੁੰਦਾ ਆ। ਅਤੇ ਇਹ ਤੁਹਾਡੇ ਕੋਲ ਕਿਹੜੀ ਬੈਠ ਖੜੀ ਜੋ ਵੱਡੀ ਸਾਰੀ? ਇਹ ਡਰਾਈ ਗਾਂ ਹੈਗੀ, ਹੁਣ ਦੁੱਧੋਂ ਛੱਡੀ ਵੀ ਹੈਗੀ, 2.5 ਮਹੀਨੇ ਰਹਿ ਗਏ ਇਹਦੇ ਸੂਣ ਦੇ। ਅੱਛਾ ਅੱਛਾ, ਇਹ 2.5 ਮਹੀਨੇ ਰਹਿੰਦੇ ਸੂਣ ਦੇ, ਤਾਂ ਤੁਸੀਂ ਇੱਧਰ ਕਰ ਰੱਖੀ ਹੈ ਵੀ ਇਹਨੂੰ ਖੁਰਾਕ ਬੜਾ ਘੱਟ ਪੈਂਦੀ ਹੋਈ? ਓਕੇ ਓਕੇ, ਜੋ ਮਤਲਬ ਤੁਹਾਡੀ ਖੁਰਾਕ ਘੱਟ ਵਾਲੇ ਪਸ਼ੂ ਤੁਸੀਂ ਇੱਧਰ ਕਰਤੇ ਨੇ? ਹਾਂ, ਓਕੇ। ਇਹ ਸਾਰੀ ਗਾਂ ਬੱਚੀਆਂ ਤਿਆਰ ਕਰ ਰਹੇ ਨੇ, ਆਪਣੇ ਘਰ ਦੇ ਬੱਚੀਆਂ ਤਿਆਰ ਕਰਦੇ ਨੇ ਮੁੱਲਿਆਂ ਨਾਲੋਂ, ਤਾਂ ਕਿਉਂਕਿ ਜੋ ਸਾਹਮਣੇ ਤੁਸੀਂ ਫੀਡ ਪਾਉਣੇ ਹੋ ਜਾਂ ਕੁਛ ਵੀ ਪਾਉਣੇ, ਤੁਹਾਨੂੰ ਪਤਾ ਹੁੰਦਾ ਵੀ ਕਿੱਦਾਂ ਤੁਸੀਂ ਇੱਕ ਬੱਚੀ ਜਾਂ ਗਾਂ ਤਿਆਰ ਕਰਦੇ ਹੋ। ਫੋਕਸ, ਇਹ ਸੀਗਾ ਛੋਟਾ ਡੇਅਰੀ ਫਾਰਮ ਜੋ ਗੁਰਪ੍ਰੀਤ ਸਿੰਘ ਕਰਦੇ ਨੇ ਆਪਣੇ ਘਰ ਦੇ ਵਿੱਚ, ਜਿਨ੍ਹਾਂ ਨੇ 8-10 ਗਾਈਆਂ ਰੱਖੀਆਂ ਹੋਈਆਂ ਨੇ ਅਤੇ ਆਪਣਾ ਖੋਆ ਵਗੈਰਾ ਵੇਚਦੇ ਆ, ਉਹ ਦੁੱਧ ਵੇਚਦੇ ਨੇ ਅਤੇ
ਤੁਸੀਂ ਕਿੱਦਾਂ ਆਪਣਾ ਕਾਮਯਾਬ ਹੋ ਸਕਦੇ ਹੋ ਛੋਟੇ ਬਿਜ਼ਨਸ ਤੋਂ ਰਹਿ ਕੇ ਪੰਜਾਬ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿ ਕੇ, ਜੇ ਤੁਹਾਨੂੰ ਕੋਈ ਹੋਰ ਸਾਧਨ ਨਹੀਂ ਮਿਲਦਾ ਕੋਈ ਜੋਬ ਦਾ ਕੁਛ ਹੋਰ ਸਹੂਲਤਾਂ, ਤੁਸੀਂ ਇਸ ਤਰ੍ਹਾਂ ਵਧੀਆ ਆਪਣਾ ਕਾਰੋਬਾਰ ਚਲਾ ਸਕਦੇ ਹੋ ਲੋਅ ਬਜਟ ਦੇ ਵਿੱਚ, ਘਰ ਖਰਚੇ ਦੇ ਵਿੱਚ ਜਿਹਦੇ ਵਿੱਚ ਜ਼ਿਆਦਾ ਤੁਹਾਨੂੰ ਕੋਈ ਦਿੱਕਤ ਸਾਹਮਣਾ ਨਹੀਂ ਕਰਨਾ ਪੈਂਦਾ। ਪੰਜਾਬ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਬਹੁਤ ਛੋਟੇ ਜ਼ਿੰਮੀਦਾਰ ਨੇ ਜੋ ਇੱਦਾਂ ਵੱਖ ਵੱਖ ਬਿਜ਼ਨਸ ਕਰਦੇ ਨੇ। ਤਾਂ ਇਸ ਤਰ੍ਹਾਂ ਦੇ ਮੇਰਾ ਡੇਅਰੀ ਫਾਰਮ ਦਾ ਤੁਹਾਡੇ ਲਈ ਬਲੌਗ ਮੈਂ ਲੈ ਕੇ ਆਇਆ ਸੀਗਾ। ਜੇ ਤੁਹਾਨੂੰ ਅੱਛਾ ਲੱਗਿਆ ਹੋਵੇ, ਵਧੀਆ ਲੱਗਾ ਹੋਵੇ, ਪਲੀਜ਼ ਲਾਈਕ, ਕਮੈਂਟ ਐਂਡ ਸਬਸਕ੍ਰਾਈਬ, ਐਂਡ ਥੈਂਕਸ ਫੋਰ ਵਾਚਿੰਗ। ਥੈਂਕ ਯੂ।